हां जी भाजी की नाम है ਤੁਹਾਡਾ ਰੂਪੇਸ਼ ਗੰਭੀਰ ਜੀ ਅੱਜ ਕਲਸ ਯਾਤਰਾ ਕੀਤੀ ਗਈ ਹੈ ਕੀ ਰੂਟ ਪਲਾਨ ਹੈਗਾ ਜੀ ਕਲਸ ਯਾਤਰਾ ਦਾ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾਜੀ ਮਹਾਰਾਜ ਸਭ ਤੋਂ ਪਹਿਲਾਂ ਤਾਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਅਯੋਧਿਆ ਤੋਂ ਜਿਹੜੀ ਕਲਸ਼ ਯਾਤਰਾ ਬਾਬਾ ਰਾਮ ਲੱਲਾ ਜੀ ਦੇ ਲਈ ਚੱਲੀ ਸੀ ਅੱਜ ਉਹ ਸਮਰਾਲਾ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਸਾਰੇ ਸ਼ਹਿਰ ਵੱਲੋਂ ਬਹੁਤ ਭਰਵਾਂ ਸਵਾਗਤ ਕੀਤਾ ਗਿਆ ਹੈ ਵੈਲਕਮ ਕੀਤਾ ਗਿਆ ਹੈ ਬਾਬਾ ਦਾ ਸਾਰੇ ਸ਼ਹਿਰ ਨਿਵਾਸੀ ਇਸ ਪ੍ਰੋਗਰਾਮ ਦੇ ਵਿੱਚ ਹੁਮ ਹੁਮਾ ਕੇ ਪਹੁੰਚ ਰਹੇ ਨੇ ਦੁਰਗਾ ਮੰਦਿਰ ਦੇ ਵਿੱਚ ਹੁਣੇ ਯਾਤਰਾ ਪਹੁੰਚ ਚੁੱਕੀ ਹੈ ਇਸ ਤੋਂ ਬਾਅਦ ਜਿਹੜੀ ਇਹ ਯਾਤਰਾ 84 ਪੌੜੀ ਵਾਲਾ ਮੰਦਿਰ ਉਸ ਤੋਂ ਬਾਅਦ ਡੱਬੀ ਬਾਜ਼ਾਰ ਔਰ ਸ਼ਿਵ ਮੰਦਿਰ ਬਿਹਾਰੀ ਵਾਲਾ ਵਿੱਚ ਪਹੁੰਚੇਗੀ ਲਾਸਟ ਦੇ ਵਿੱਚ ਜਿਹੜੀ ਸਥਾਪਨਾ ਹੈਗੀ ਆ ਉਹ ਪੰਚਮੁਖੀ ਹਨੂੰਮਾਨ ਮੰਦਿਰ ਵਿੱਚ ਹੋਏਗੀ ਸੋ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਔਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਚੜ੍ਹ ਕੇ ਆਓ ਅਤੇ ਪਰਮਾਤਮਾ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਸਾਡੇ ਸ਼੍ਰੀ ਰਾਮ ਲੱਲਾ ਜੀ ਆਏ ਨੇ ਉਹਨਾਂ ਦਾ ਸਵਾਗਤ ਕਰੋ ਔਰ ਆਸ਼ੀਰਵਾਦ ਪ੍ਰਾਪਤ ਕਰੋ ਕੀ ਉਦੇਸ਼ ਕੀ ਹੈਗਾ ਜੀ ਕਲਸ਼ ਉਦੇਸ਼ ਕਲਸ਼ ਯਾਤਰਾ ਦਾ ਉਦੇਸ਼ ਹੈ ਜੀ ਜਿਹੜੀ ਆਪਣੇ 5.5 ਸਾਲ ਤੋਂ ਸਾਡੇ ਪ੍ਰਭੂ ਰਾਮ ਜੀ ਉਹ ਤੰਬੂਆਂ ਦੇ ਵਿੱਚ ਰਹਿ ਰਹੇ ਸੀਗੇ ਸਾਡੇ ਮਾਨਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਿਹਨਤ ਦੇ ਸਦਕਾ ਅਯੋਧਿਆ ਦੇ ਵਿੱਚ ਉਹ ਆਪਣੇ ਨਿਵਾਸ ਸਥਾਨ ਦੇ ਵਿੱਚ ਜਾ ਰਹੇ ਨੇ ਜੀ ਹਾਂਜੀ ਪੰਡਿਤ ਕੀ ਨਾਮ ਹੈ ਮੇਰਾ ਨਾਮ ਲੋਕਿੰਦਰ ਵਸਿਸ਼ਟ ਹੈ ਇਹ ਕਲਸ਼ ਯਾਤਰਾ ਅੱਜ ਕੱਢੀ ਗਈ ਹੈ ਇਹ ਕਿੱਥੋਂ ਸਟਾਰਟ ਹੋਈ ਸੀ ਇਹ ਕਲਸ਼ ਅਪਾਰ ਹਰਸ ਕੀ ਬਾਤ ਹੈ ਕਿ ਕਈ 550 ਵਰਸ ਬਾਅਦ ਰਾਮ ਲੱਲਾ ਜੀ ਆਪਣੇ ਮੰਦਿਰ ਮੇ ਬਿਰਾਜਮਾਨ ਹੋਣੇ ਜਾ ਰਹੇ ਹੈ ਰਾਮ ਜੀ ਕਾ ਮੰਦਿਰ ਬਨ ਗਿਆ ਹੈ ਔਰ ਅਯੋਧਿਆ ਜੀ ਸੇ ਹੀ ਇਹ ਕਲਸ਼ ਭੇਜੇ ਗਏ ਹੈ ਇਹ ਅਭਿਮੰਤ੍ਰਿਤ ਕਲਸ਼ ਹੈ ਇਸ ਮੇ ਅਕਸ਼ਿਤ ਹੈ ਔਰ ਅਕਸ਼ਿਤ ਅਭਿਮੰਤ੍ਰਿਤ ਹੈ ਔਰ ਪਹਿਲੇ ਇਹ ਕਲਸ਼ ਖੰਨਾ ਖਾਟੂ ਧਾਮ ਮੇ ਆਏ ਔਰ ਉਸਕੇ ਬਾਅਦ ਆਜ ਸਮਸਤ ਸਮਰਾਲਾ ਉਵਾਸੀਓਂ ਕੇ ਦੁਆਰਾ ਖਾਟੂ ਧਾਮ ਸੇ ਕਲਸ਼ ਸਾਰੇ ਸਮਰਾਲਾ ਸ਼ਹਿਰ ਕੇ ਮੰਦਿਰੋਂ ਮੇ ਘੁਮਾ ਕੇ ਉਸਕੇ ਬਾਅਦ ਇਸ ਕਲਸ਼ ਕੋ ਗੌਸ਼ਾਲਾ ਪੰਚਮੁਖੀ ਹਨੂੰਮਾਨ ਮੰਦਿਰ ਮੇ ਸਥਾਪਿਤ ਕੀਆ ਜਾਏਗਾ ਜੋ ਵੀ ਭਕਤਜਨ ਇਹ ਕਲਸ਼ ਵਾਂ 4-5 ਦਿਨ ਸਥਾਪਿਤ ਰਹੇਗਾ ਔਰ ਜੋ ਵੀ ਭਕਤਜਨ ਇਸ ਕਲਸ਼ ਕੇ ਦਰਸ਼ਨ ਏਵਾ ਜੋ ਵੀ ਰਾਮ ਜਨਮ ਭੂਮੀ ਕੇ ਲਈ ਸੇਵਾ ਕਰਨਾ ਚਾਹਤਾ ਹੈ ਉਹ ਕਰ ਸਕਤਾ ਹੈ ਬੋਲੋ ਸਿਆਵਰ ਰਾਮ ਚੰਦਰ ਭਗਵਾਨ ਕੀ ਜੈ ਕੀ ਨਾ ਜੀ ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਅੱਜ ਕਲਸ਼ ਯਾਤਰਾ ਸਮਰਾਲੇ ਪਹੁੰਚੇ ਕੀ ਕਹਿਣਾ ਚਾਹੁੰਦੇ ਰਾਮ ਲੱਲਾ ਜੀ ਸਾਡੇ 550 ਸਾਲਾਂ ਬਾਬਰ ਦੇ ਰਾਜ ਤੋਂ ਤੰਬੂਆਂ 'ਚ ਸੀ ਜੋ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਕਸਮ ਖਾਧੀ ਹੋਈ ਸੀ ਕਿ ਰਾਮ ਲੱਲਾ ਜੀ ਦਾ ਮੰਦਿਰ ਜਿਹੜਾ ਵਾ ਉਹ ਬਹੁਤ ਉੱਚ ਅਤੇ ਵਧੀਆ ਬਣੇਗਾ ਉਹਦੀ ਸ਼ੁਰੂਆਤ ਜੋ ਸੀ ਜਿਹੜੀ ਇਹ ਕਲਸ਼ ਯਾਤਰਾ ਅਯੋਧਿਆ ਤੋਂ ਚੱਲੀ ਆ ਸਾਰੇ ਦੇਸ਼ 'ਚ ਘੁੰਮਦੀ ਘੁੰਮਾਉਂਦੀ ਅੱਜ ਸਮਰਾਲੇ ਸ਼ਹਿਰ 'ਚ ਪੁੱਜੀ ਆ ਅਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਹਦਾ ਭਗਵਾਂ ਸਵਾਗਤ ਕੀਤਾ ਅਤੇ ਸਾਰੇ ਸ਼ਹਿਰ ਵਿੱਚ ਇਸਦੀ ਪਰਿਕਰਮਾ ਹੋ ਰਹੀ ਆ ਅਤੇ ਹੁਣ ਅਸੀਂ ਦੁਰਗਾ ਮਾਤਾ ਮੰਦਿਰ ਵਿੱਚ ਹਾਂ ਅਤੇ ਉਸ ਤੋਂ ਬਾਅਦ ਗਊਸ਼ਾਲਾ ਵਿੱਚ ਐਂਡ ਸਮਾਪਤ ਹੋਏਗੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤਹਿ ਦਿਲ ਤੋਂ ਧੰਨਵਾਦ ਕਰਦਾ ਅਤੇ ਆਪਣੇ ਹਿੰਦੂ ਭਰਾਵਾਂ ਵੱਲੋਂ ਇਹ ਵੀ ਸੰਕੇਤ ਦਿੰਦਾ ਕਿ ਆਉਣ ਵਾਲਾ ਟਾਈਮ ਭਗਵੇ ਦਾ ਹੀ ਹੈ ਜੈ ਸ਼੍ਰੀ ਰਾਮ ਜੀ ਕਲਸ਼ ਯਾਤਰਾ ਭਗਵਾਨ ਸ਼੍ਰੀ ਲੱਲਾ ਜੀ ਦੀ ਰਾਮ ਜੀ ਦੀ ਪਹੁੰਚੀ ਹੈ ਮੰਦਿਰ 'ਚ ਕੀ ਲੈ ਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪਾਂ ਦੁਰਗਾ ਮੰਦਿਰ ਸਮਰਾਲਾ ਸੇ ਬਾਬਾ ਯਗਨਾਥ ਜੀ ਬੋਲ ਰਹੇ ਹਨ ਜਬ ਅਯੋਧਿਆ ਜੀ ਮੰਦਿਰ ਜਬ ਬਣਾ ਥਾ तो पहले आदित्यनाथ के गुरु अवेदनाथ ने नींव पत्थर रखा था राम का जन्मभूमि पर नींव पत्थर रख कर और उस जगह के राम जगह के जगह पर पहले राम भगवान ताला में बंद थे फिर दूसरी बार गया तो भगवान तंबू में आ गए तो अब बारी है जो भगवान रामचंद्र जी महल के अंदर विराजमान होंगे और दूसरे हमारा सभी सहयोग शहर निवासियों पूरे अपना देशवासियों और सब मिलजुल कर पूरा साथ दें और अयोध्या जी चलें और हुआ रामचंद्र जी का ही जयकारा बोलना है समझे न और दूसरी हमारा नगर निवासी शहर के हमारे जितने भी सजन प्यारे माता और बहनों इनकी पूरी सहयोग है और पूरा बढ़ चढ़ के आए हैं और पूरा इनके साथ दे रहे हैं बोल साचे दरबार की जय बोल श्री रामचंद्र की जय।